ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਜਗਤਾਰ ਮਾਲਾ ਕਿਸਾਨ ਜਿੱਥੇ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੇ ਨੇ ਤਾਂ ਉਸ ਸੰਘਰਸ਼ ਨੂੰ ਵੇਖਦਿਆਂ ਹੋਇਆਂ ਸੁਪਰੀਮ ਕੋਰਟ ਨੇ ਇੱਕ ਵੱਡਾ ਐਕਸ਼ਨ ਲਿਆ ਆ ਉਸ ਐਕਸ਼ਨ ਦੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਝਾੜ ਪਾਈ ਹੈ ਕਿ ਅਗਰ ਜੇ ਕੇਂਦਰ ਸਰਕਾਰ ਫੈਸਲਾ ਨਹੀਂ ਕਰਦੀ ਤਾਂ ਸੁਪਰੀਮ ਕੋਰਟ ਇਸ ਤੇ ਕੋਈ ਵੱਡਾ ਐਕਸ਼ਨ ਲਵੇਗੀ ਤਾਂ ਦੂਜੇ ਪਾਸੇ ਕਿਸਾਨ ਅੱਜ ਡੇਢ ਮਹੀਨੇ ਤੋਂ ਲਗਾਤਾਰ ਹੀ ਦਿੱਲੀ ਦੇ ਬੌਟਰਾਂ ਦੇ ਸੰਘਰਸ਼ ਕਰ ਰਹੇ ਨੇ ਉਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਵਾਸਤੇ ਉਹਨਾਂ ਕਿਸਾਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਅੱਜ ਕਿਸਾਨਾਂ ਦੇ ਵੱਲੋਂ ਮਠਿਆਈਆਂ ਤਿਆਰ ਕੀਤੀਆਂ ਜਾ ਰਹੀਆਂ ਗਾਜਰ ਦਾ ਹਲਵਾ ਤਿਆਰ ਕੀਤਾ ਜਾ ਰਿਹਾ ਜਿਸ ਨੂੰ ਪੰਜਾਬੀ ਦੇ ਵਿੱਚ ਗਜ਼ਰੇਲਾ ਕਿਹਾ ਜਾਂਦਾ ਤੁਸੀਂ ਵੇਖ ਸਕਦੇ ਹੋ ਵੱਡੀ ਮਾਤਰਾ ਦੇ ਵਿੱਚ ਇੱਥੇ ਗਜ਼ਰੇਲਾ ਜੋ ਗਾਜਰ ਦਾ ਹਲਵਾ ਉਹ ਤਿਆਰ ਕੀਤਾ ਹੋਇਆ ਹੈ ਜੋ ਦਿੱਲੀ ਨੂੰ ਇਹ ਕਿਸਾਨ ਕੂਚ ਕਰਨਗੇ ਤੁਸੀਂ ਵੇਖ ਸਕਦੇ ਹੋ ਤਰ੍ਹਾਂ ਤਰ੍ਹਾਂ ਦੀ ਸਮਗਰੀ ਜਿਹੜੀ ਇਸ ਦੇ ਵਿੱਚ ਪਾ ਕੇ ਗਾਜਰ ਦਾ ਜਿਹੜਾ ਹਲਵਾ ਹੈ ਉਹ ਤਿਆਰ ਕੀਤਾ ਹੋਇਆ ਹੈ ਕਿਉਂਕਿ ਜੋ ਕਿਸਾਨ ਦਿੱਲੀ ਦੇ ਵਿੱਚ ਸੰਘਰਸ਼ ਕਰ ਰਹੇ ਨੇ ਉਹਨਾਂ ਦਾ ਹੌਸਲਾ ਹੋਰ ਵਧੇ ਉਹਨਾਂ ਦੀ ਅੰਦਰੂਨੀ ਸ਼ਕਤੀ ਜੋ ਵਧੇ ਤੁਸੀਂ ਵੇਖ ਸਕਦੇ ਹੋ ਹਲਵਾਈ ਲੱਗੇ ਹੋਏ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਗਜ਼ਰੇਲਾ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਹੈ ਕਿਉਂਕਿ ਜੇ ਮਠਿਆਈ ਦੀ ਗੱਲ ਕਰੀਏ ਤਾਂ ਪੰਜਾਬੀਆਂ ਦਾ ਬਹੁਤ ਹੀ ਸ਼ਕੀਨ ਦੇ ਨਾਲ ਇਹ ਹਲਵਾ ਜਿਹੜਾ ਉਹ ਖਾਂਦੇ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਹਲਵਾ ਤਿਆਰ ਕੀਤਾ ਜਾ ਰਿਹਾ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਗੱਲਬਾਤ ਕਰਾਂਗੇ ਇਹ ਤੁਹਾਡੇ ਵੱਲੋਂ ਜਿਹੜਾ ਇੱਕ ਅਪਰਾਲਾ ਕੀਤਾ ਗਿਆ ਹੈ ਗਜ਼ਰੇਲਾ ਤਿਆਰ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਇੱਕ ਜਰੇਲਾ ਜੀ ਸਾਡੇ ਕਿਸਾਨ ਵੀਰ ਅੱਜ ਤੋਂ ਕੋਈ ਡੇਢ ਕਿ ਮਹੀਨਾ ਪਹਿਲਾਂ ਦਿੱਲੀ ਬੈਠੇ ਆ ਜੀ ਠੰਡ ਦੇ ਵਿੱਚ ਆਪਣੇ ਘਰ-ਬਾਰ ਛੱਡ ਕੇ ਜੀ ਉਹ ਸਾਡੇ ਵਾਸਤੇ ਸਾਰੇ ਕਿਸਾਨਾਂ ਵਾਸਤੇ ਬੈਠੇ ਆ ਤੇ ਉਥੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਸਾਰੀ ਦੁਨੀਆ ਖਣ ਡੀ ਆ ਸਾਡੇ ਪਿੰਡ ਨੇ ਮਲਵਈ ਕੀ ਇਹ oprala ਕੀਤਾ ਸਾਰੇ ਪਿੰਡ ਦੇ ਸਹਿਯੋਗ ਨਾਲ ਅਸੀਂ ਸਾਡੇ ਮਨ 'ਚ ਵੀ ਆਇਆ ਜਿੱਤਨਾ ਲੋਕਾਂ ਦੇ ਪਿੰਡ ਕਰਨ ਦੇ ਆ ਸਾਡਾ ਪਿੰਡ ਵੀ ਮਲਵਈ ਜਰੀਲਾ ਬਣਾ ਕੇ ਉਥੇ ਦਿੱਲੀ ਲੈ ਚਲੀ ਆ ਕਿੰਨਾ ਗਜਰੀਲਾ ਤਿਆਰ ਕੀਤਾ ਗਿਆ ਤੁਹਾਡੇ ਵੱਲੋਂ ਸਾਡੇ ਵੱਲੋਂ ਜੀ ਕੋਈ ਖੋਆ ਮਰਵਾ ਪਿੰਡ ਵੱਲੋਂ ਇਕੱਠਾ ਕਰਕੇ ਦੁੱਧ ਖੋਆ ਮਾਰਿਆ ਗਿਆ ਉਦੇ ਵਿੱਚ ਮਤਲਬ ਕਿ ਕਾਜੂ ਗਿਰੀਆਂ ਬਦਾਮ ਹਰ ਇੱਕ ਚੀਜ਼ ਪਾ ਕੇ ਉਹਦਾ ਜਨਰਲ ਤਰਾ ਕੀਤਾ ਗਿਆ ਸੀ। ਤਕਰੀਬਨ ਕਿੰਨੇ ਕ ਦਿਨ ਹੋ ਗਏ ਤੁਹਾਨੂੰ ਇਹ ਮਟੀਰੀਅਲ ਇਕੱਠਾ ਕਰਦਿਆਂ? ਸਾਨੂੰ ਕੋ 3-4 ਦਿਨ ਹੋ ਗਏ ਜੀ। ਪਿੰਡ ਦੇ ਵਿੱਚ ਦੁੱਧ ਇਕੱਠਾ ਕੀਤਾ ਵਾ ਫਿਰ ਖੋਆ ਮਰਵਾਇਆ ਵਾ। ਫਿਰ ਉਹ ਜਿਹੜੀਆਂ ਗਾਜਰਾਂ ਵਾ ਉਹ ਬਿੱਲੀ ਕੱਛ ਕੀਤੀਆਂ ਵੀ। ਜੀ। ਕੇਂਦਰ ਦੀ ਸਰਕਾਰ ਦੇ ਖਿਲਾਫ ਕਿਸਾਨ ਸੰਘਰਸ਼ ਕਰ ਰਹੇ ਨੇ ਪਰ ਜਿਹੜੇ ਬੀਜੇਪੀ ਦੇ ਆਗੂ ਨੇ ਉਹ ਕਹਿੰਦੇ ਨੇ ਆ ਕਿ ਇਹ ਗਿਰੀਆਂ ਬਦਾਮਾਂ ਦੇ ਉੱਥੇ ਲੰਗਰ ਲਾਈ ਬੈਠੇ ਨੇ ਇਹਨਾਂ ਨੂੰ ਫੰਡਿੰਗ ਹੋ ਰਹੀ ਹੈ ਕਿਤੇ ਉਹ ਕਿਵੇਂ ਦੇਖਦੇ ਹੋ ਤੁਸੀਂ? ਬਿਲਕੁਲ ਗਲਤ ਗੱਲ ਹੈ ਜੀ ਇਹ ਤੇ ਦਹਾ ਨੌ ਦੀ ਕਿ ਉਹਨਾਂ ਦਾ ਹੀ ਮਤਲਬ ਕਿ ਹੁਣ ਉਹਨਾਂ ਨੇ ਪਸ਼ੂ ਰੱਖੇ ਪਿੰਡਾਂ ਦੇ ਵਿੱਚ ਉਹਨਾਂ ਦੇ ਕੋਲੋਂ ਦੁੱਧ ਲਿਆ ਵਾ ਮਤਲਬ ਕਿ ਹਰ ਇੱਕ ਪਿੰਡ ਦੇ ਵਿੱਚ ਜਿੰਨਾ ਕੋਈ ਵੀ ਇਨਸਾਨ ਆ ਉਹਨੇ ਆਪਣਾ ਬਣਦਾ ਹੱਕ ਪਾਇਆ ਇਸ ਚੀਜ਼ ਦੇ ਵਿੱਚ ਕੋਈ ਫੰਡਿੰਗ ਨਹੀਂ ਹੋ ਰਹੀ ਇੱਥੇ ਬਿਲਕੁਲ ਗਲਤ ਗੱਲਾਂ ਕਰ ਰਹੇ ਨੇ ਉਹਨਾਂ ਕੋਲ ਕੋਈ ਮੁੱਦਾ ਹੀ ਨਹੀਂ ਹੈਗਾ ਵਾ ਉਹਨਾਂ ਇਹੋ ਗੱਲਾਂ ਬਣਦੀ ਫੰਡਿੰਗ ਇੱਥੇ ਪਿੰਡ ਦੇ ਵਿੱਚ ਸਾਨੂੰ ਕੋਈ ਫੰਡ ਕਿੱਥੋਂ ਆ ਰਹੀ ਹੈ ਜੀ ਇਹ ਤਾਂ ਖੋਇਆ ਤੇ ਲੋਕਾਂ ਦਾ ਮਤਲਬ ਕਿ ਆਮ ਘਰਾਂ ਦੇ ਵਿੱਚ ਦੁੱਧ ਲਿਆ ਵਾ ਆਪਾਂ ਉਹੋ ਹੀ ਆਪਾਂ ਖੋਇਆ ਮਰਵਾ ਕੇ ਦੇ ਦਿੱਲੀ ਲੈ ਕੇ ਜਾ ਰਹੇ ਜੀ ਸੁਪਰੀਮ ਕੋਰਟ ਨੇ ਅੱਜ ਇੱਕ ਨਵਾਂ ਐਕਸ਼ਨ ਲਿਆ ਕਿ ਜੇ ਕੇਂਦਰ ਸਰਕਾਰ ਦੇ ਕੋਲ ਨਹੀਂ ਕੋਈ ਹੱਲ ਹੁੰਦਾ ਤੇ ਅਸੀਂ ਹੱਲ ਕਰਾਂਗੇ ਕਿਵੇਂ ਵੇਖ ਦਿਓ ਤੁਸੀਂ ਨਹੀਂ ਇਹ ਗੱਲ ਗਲਤ ਆ ਜਿਹੜੇ ਕਿਸਾਨ ਆ ਅੰਦੋਲਨ ਆਪਣਾ ਜਾਰੀ ਰੱਖਣਗੇ ਉਹ ਅੰਦੋਲਨ ਨਹੀਂ ਧਰਨਾ ਨਹੀਂ ਚੁੱਕਣਗੇ ਜਨਜਾਤ ਕੋਈ ਫੈਸਲਾ ਨਹੀਂ ਹੋ ਜਾਂਦਾ ਆਪਣੇ ਹੱਕ ਲੈ ਕੇ ਫਿਰ ਉੱਥੋਂ ਉਠਾਂਗੇ ਉਹਨਾਂ ਚਿਰ ਸੁਪਰੀਮ ਕੋਰਟ ਜੋ ਮਰਜ਼ੀ ਕਰੀ ਜਾਵੇ ਚਲੋ ਸਤਿਕਾਰਯੋਗ ਆ ਸੁਪਰੀਮ ਕੋਰਟ ਸਾਡੇ ਅਸੀਂ ਉਹ ਗਲਤ ਨਹੀਂ ਕੋਈ ਬੋਲ ਸਕਦੇ ਮਤਲਬ ਕਿ ਉਹਦਾ ਵੀ ਹੱਕ ਆ ਉਹ ਵੀ ਸੁਪਰੀਮ ਕੋਰਟ ਦੇ ਵਿੱਚ ਗਏ ਨੇ ਉਹਨਾਂ ਦਾ ਵੀ ਫੈਸਲਾ ਜੋ ਵੀ ਦੇਣਗੇ ਉਹ ਸਿਰ ਮੱਥੇ ਆ ਪਰ ਅਸੀਂ ਆਪਣੇ ਹੱਕ ਲੈ ਕੇ ਫੇਰ ਉੱਠਾਂਗੇ 26 ਤਰੀਕ ਨੂੰ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਪੂਰੀ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀ ਗਈ ਹੈ ਤੁਹਾਡੇ ਵੱਲੋਂ ਸਾਡੇ ਵੱਲੋਂ ਬਿਲਕੁਲ ਕਿਸਾਨਾਂ ਵੱਲੋਂ ਮਤਲਬ ਕਿ ਫੁੱਲ ਤਿਆਰੀਆਂ ਵਾਂ ਟਰੈਕਟਰ ਮਾਰਚ ਜਿਹੜਾ ਵਾ ਬਹੁਤ ਤਗੜਾ ਵੱਡਾ ਹੋਊਗਾ ਹਰ ਇੱਕ ਪਿੰਡ ਦੇ ਵਿੱਚੋਂ 100-100 ਟਰੈਕਟਰ ਨਿਕਲੂਗਾ ਜੀ ਦਿੱਲੀ ਜਾਊਗਾ ਤੇ ਜੇ ਨੂੰ ਵੀ ਸਾਡੇ ਆਗੂ ਕਹਿਣਗੇ ਉਹਨੂੰ ਕੂਚ ਕਰਨਗੇ ਬਹੁਤ ਤਕੜਾ ਹੋਊਗਾ ਜੀ ਇੱਕ ਪਾਸੇ ਕਿਸਾਨ ਆਪਣੇ ਸੰਘਰਸ਼ਾਂ ਵਾਸਤੇ ਲੜ ਰਹੇ ਜੀ ਸੁਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਲਗਾਤਾਰ ਹੀ ਰਾਜਪਾਲ ਦੀ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਰਾਜੋਵਾਨੀਆਂ ਉਹਨਾਂ ਦੀ ਜਿਹੜੀ ਫਾਂਸੀ ਆ ਉਹ ਮਾਫ ਕੀਤੀ ਜਾਵੇ ਤੇ ਦੂਜੇ ਪਾਸੇ ਕਿਸਾਨ ਸੰਘਰਸ਼ ਕਰ ਰਹੇ ਕਿਵੇਂ ਵੇਖਦੇ ਹੋ ਤੁਸੀਂ ਵੇਖੋ ਇਹ ਹਲਦੀ ਘੜੀ ਜਿਹੜਾ ਮਸਲਾ ਵੇ ਕਿਸਾਨਾਂ ਦਾ ਵਾ ਜੀ ਲੜਾਈ ਜਿਹੜੀ ਕਿਸਾਨਾਂ ਦੀ ਮੈਂ ਤਾਂ ਨਾ ਵੀ ਇਹੋ ਲੜਾਈ ਲੜੀ ਆਪਾਂ ਪਹਿਲਾਂ ਚਲੋ ਉਹ ਵੀ ਜੇ ਜੇ ਮੰਗਾ ਅਈ ਇਹ ਨਹੀਂ ਚਾਹੁੰਦੇ ਵੀ ਰਾਜ ਹੋਣਾ ਹਰਿਆਣਾ ਹੋਵੇ ਰਿਆ ਹੋਵੇ ਅਈ ਨਹੀਂ ਚਾਹੁੰਦੇ ਵੀ ਅੰਦਰ ਰਵੇ ਪਰ ਜਿਹੜੀ ਮੁੱਖ ਮੁੱਦਾ ਸਾਡਾ ਕਿਸਾਨੀ ਦਾ ਵਾ ਜਿੱਤੇ ਸਾਡਾ ਘੋਲਿਆ ਇਹ ਸਾਨੂੰ ਲੜਨਾ ਚਾਹੀਦਾ ਫੇਲਾ ਲਾ ਫਿਰ ਬਾਅਦ ਦੇ ਵਿੱਚ ਜਿਹੜੇ ਉਹ ਕੰਮ ਤੇ ਜਾਰੀ ਚੱਲਣ ਰਹੇ ਆ ਸਰਕਾਰ ਦੇ ਉਹ ਜੋ ਸਰਕਾਰ ਨੇ ਕਰਨਾ ਉਹ ਸਾਨੂੰ ਪਤਾ ਹੀ ਜੋ ਕਰਨਾ ਲੱਗਦਾ ਨਹੀਂ ਇਸ ਚੀਜ਼ ਨਾਲ ਕਿਤੇ ਨਾ ਕਿਤੇ ਅੰਦੋਲਨ ਖਰਾਬ ਹੋ ਸਕਦਾ ਹੈ ਕੇਂਦਰ ਸਰਕਾਰ ਨੂੰ ਸਵਾਲ ਹੋਰ ਮਿਲ ਸਕਦੇ ਆ ਚੁੱਕਣ ਵਾਸਤੇ ਨੇ ਕਰਦੀਆਂ ਹੁੰਦੀਆਂ ਸਰਕਾਰਾਂ ਕਿਸੇ ਨੂੰ ਮਿਲੂਕੇ ਧਿਆਨ ਪੜਕਾਉਣ ਵਾਸਤੇ ਵੀ ਇਹ ਬਨੇ ਲਾ ਦੋ ਇਹ ਮੈਨੂੰ ਪਰ ਕਿਸਾਨ ਇਸ ਬਨੇ ਨਹੀਂ ਲੱਗਣਗੇ ਕਿਸਾਨ ਜਿਹੜੇ ਆਪਣੇ ਦ੍ਰਿੜ ਇਰਾਦੇ ਤੇ ਉੱਥੇ ਖੜੇ ਆ ਜੋ ਵੀ ਆ ਉਹ ਆਪਣੇ ਹੱਕਾਂ ਪ੍ਰਤੀ ਖੜੇ ਆ ਆਪਣੇ ਹੱਕ ਲੈ ਕੇ ਫਿਰ ਉੱਠਣਗੇ ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਣਾ ਇਸ ਅੰਦੋਲਨ ਦੇ ਵਿੱਚ 70 ਤੋਂ ਵੱਧ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ ਕੀ ਮੰਨਦੇ ਹੋ ਕੌਣ ਦੋਸ਼ੀ ਕੌਣ ਆ ਦੋਸ਼ੀ ਇਸ ਵੇਲੇ ਕੇਂਦਰ ਆ ਜੀ ਜੀ ਮੋਦੀ ਸਰਕਾਰ ਦੋਸ਼ੀ ਹੈ ਇਸ ਦੀ ਮਤਲਬ ਕਿ ਕਿਸਾਨ ਆਗੂ ਆਪਣੇ ਘਰਾਂ ਤੋਂ ਬੇਕਾਰੋ ਕੇ ਉੱਥੇ ਬੈਠੇ ਆ ਜੇ ਸਾਨੂੰ ਉਹਨਾਂ ਨੂੰ ਹੱਕ ਦੇ ਦੇਣ ਪੂਰੇ ਤੇ ਸਾਨੂੰ ਲੋੜ ਹੀ ਕੋਈ ਨਹੀਂ ਮਤਲਬ ਕਿ ਕਿਉਂ ਬੈਠੇ ਆ ਆਪਣੇ ਹੱਕਾਂ ਵਾਸਤੇ ਬੈਠੇ ਨਾ ਸਾਡੀ ਰੋਜੀ ਰੋਟੀ ਖੋਣ ਜੇ ਸਾਡੀ ਜ਼ਮੀਨਾਂ ਤੇ ਹੱਲਾ ਕਰਨ ਦੀ ਆ ਮੋਦੀ ਸਰਕਾਰ ਇਸ ਕਰਕੇ ਹੀ ਮਤਲਬ ਕਿ ਇਹਦਾ ਜੋ ਵੀ ਆ ਹੱਕ ਮਤਲਬ ਕਿ 도ਛ ਜਿਹੜੀ ਉਹ ਮੋਦੀ ਸਰਕਾਰ ਹੈ ਕੱਲ ਭਾਜਪੀ ਦੇ ਦੋ ਪ੍ਰੋਗਰਾਮ ਸੀ ਇੱਕ ਜਲੰਧਰ ਦੇ ਵਿੱਚ ਸੀ ਇੱਕ ਹਰਿਆਣੇ ਦੇ ਵਿੱਚ ਸੀ ਹਰਿਆਣੇ ਦੇ ਮੁੱਖ ਮੰਤਰੀ ਦਾ ਉੱਥੇ ਪਹੁੰਚਣ ਤੋਂ ਪਹਿਲਾਂ ਵਿਰੋਧ ਹੋਇਆ ਕਿਵੇਂ ਵੇਖਦੇ ਹੋ ਤੁਸੀਂ ਬਹੁਤ ਵਧੀਆ ਕੀਤਾ ਕਿਸਾਨਾਂ ਨੇ ਉਹਨਾਂ ਦੇ ਮਨ ਦੇ ਵਿੱਚ ਰੋਸ਼ ਆ ਉਹਨਾਂ ਦਾ ਬਣਦਾ ਵੀ ਸੀ ਜਦੋਂ ਮੈਂ ਕਹਿੰਦਾ ਵੀ ਜਦੋਂ ਇਹ ਸਾਡੇ ਹੱਕ ਹੀ ਨਹੀਂ ਪੂਰੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਨ ਤੇ ਪਿੰਡਾਂ ਦੇ ਵਿੱਚ ਇਹਨਾਂ ਦਾ ਵੜਨਾ ਤੇ ਬਿਲਕੁਲ ਇਹ ਮਤਲਬ ਕਿ ਖਲਵਾੜ ਲੋਕਾਂ ਨਾਲ ਕਰਨ ਡਿਆ ਇਹਨਾਂ ਦਾ ਫਰਜ਼ ਨਹੀਂ ਬੰਦਦਾ ਪਿੰਡਾਂ ਦੇ ਵਿੱਚ ਹੁਣ ਇੱਕ ਬੰਨੇ ਪਿੰਡਾਂ ਕਿਸਾਨਾਂ ਦਾ ਵਿਰੋਧ ਕਰਨ ਡਿਆ ਤੇ ਦੂਜੇ ਬੰਨੇ ਪਿੰਡਾਂ ਦੇ ਵਿੱਚ ਵੜਨ ਡਿਆ ਇਹ ਮਤਲਬ ਕਿ ਕਿਸਾਨਾਂ ਦਾ ਜੜਾ ਦੂਜੇ ਬੰਨੇ ਮਨ ਖੰਡ ਡਿਆ ਵੀ ਮਤਲਬ ਕਿ ਸਾਡੇ ਨਾਲ ਲੋਕ ਲੋਕ ਇਹਨਾਂ ਨਾਲ ਕੋਈ ਨਹੀਂ ਜੁੜਿਆ ਇਸ ਵੇਲੇ ਕੋਈ ਮਤਲਬ ਕਿ ਟੁੱਟ ਚੁੱਕੇ ਆ ਪੰਜਾਬ ਨਾਲ ਹੋਇਆ ਇਹ ਤੁਸੀਂ ਜੋ ਗਜਰੀਲਾ ਤਿਆਰ ਕੀਤਾ ਇਸ ਨੂੰ ਖੜਨ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਹੋਏ ਨੇ ਸਾਡੇ ਕੋਲ ਖਾਣ ਦੇ ਪ੍ਰਬੰਧ ਅਸੀਂ ਮੰਨ ਲਓ ਕਿ ਇਹਨਾਂ ਨੂੰ ਠੰਡਾ ਕਰਕੇ ਡਰਮਾਂ 'ਚ ਪਾ ਕੇ ਜੀ ਤੇ ਸਾਡੇ ਕੋਲ ਟਰੱਕ ਹੈ ਟਰੱਕ ਤੇ ਲਿਕੇ ਉੱਥੇ ਜਾਵਾਂਗੇ ਜੀ ਦਿੱਲੀ ਨੂੰ ਕੱਲ ਜਾ ਰਹੇ ਹਾਂ ਕਿਹੜੇ ਬਾਰਡਰ ਤੇ ਜਾ ਰਹੇ ਹੋ ਤੁਸੀਂ ਲੈ ਕੇ ਅਸੀਂ ਕੁੰਡਲੀ ਬਾਰਡਰ ਤੇ ਜਾ ਰਹੇ ਜੀ ਹਾਂਜੀ ਕਿਉਂਕਿ ਜਦੋਂ ਪਹਿਲਾਂ 26 ਤਰੀਕ ਨੂੰ ਕਿਸਾਨ ਗਏ ਸੀ ਕਾਫੀ ਮੁਸ਼ਕਲਾਂ ਆਈਆਂ ਸੀ ਇਸ ਵਾਰ ਵੀ ਉਹਨਾਂ ਨੂੰ ਪਤਾ ਹੈ ਕਿ 26 ਤਰੀਕ ਨੂੰ ਇਹਨਾਂ ਜਿਹੜਾ ਟਰੈਕਟਰ ਮਾਰਚ ਕਰਨਾ ਹੈ ਜੇ ਕਿਸੇ ਤਰ੍ਹਾਂ ਦੀਆਂ ਸਰਕਾਰਾਂ ਵੱਲੋਂ ਤਸ਼ੱਦਦ ਦਾ ਕੀਤੇਆਂ ਗਈਆਂ ਤੇ ਕਿਵੇਂ ਸੈਨ ਹੋਵੇਗਾ ਬਿਲਕੁਲ ਖਿੜੇ ਮੱਥੇ ਸ਼ਾਨ ਕਰਾਂਗੇ ਜੀ ਜੋ ਵੀ ਸਾਡੇ ਆਗੂ ਕਹਿਣਗੇ ਉਤਾਂ ਹੀ ਅਸੀਂ ਚੱਲਾਂਗੇ ਬਾਕੀ ਦ੍ਰਿੜ ਅਰਾਦੇ ਨਾਲ ਜਾ ਰਹੇ ਹਾਂ ਸਾਨੂੰ ਅਸੀਂ ਸਾਨੂੰ ਉਹਨਾਂ ਅੜਚਣਾਂ ਦਾ ਕੋਈ ਡਰ ਨਹੀਂ ਆ ਜੇ ਅੜਚਣਾ ਪੈਣ ਵੀ ਗਿਆ ਅਸੀਂ ਤੋੜਾਂਗੇ ਅੜਚਣਾ ਕੋਈ ਗੱਲ ਨਹੀਂ ਸਾਡੇ ਆਗੂ ਗਏ ਅੱਗੇ ਅਸੀਂ ਵੀ ਉਸ ਤਰ੍ਹਾਂ ਹੀ ਜਾਵਾਂਗੇ ਸਾਨੂੰ ਕੋਈ ਡਰ ਨਹੀਂ ਸਰਕਾਰਾਂ ਦਾ ਕੋਈ ਡਰ ਨਹੀਂ ਅਸੀਂ ਆਪਣੇ ਹੱਕਾਂ ਲਈ ਜਾ ਰਹੇ ਹਾਂ ਸਾਨੂੰ ਉਹਨਾਂ ਦਾ ਕੋਈ ਮਤਲਬ ਨਹੀਂ ਜਾਰੇਗਾ 15 ਤਰੀਕ ਨੂੰ ਫਿਰ ਕੇਂਦਰ ਦੇ ਨਾਲ ਦੁਬਾਰਾ ਮੀਟਿੰਗ ਹੈ ਤੁਹਾਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਸਿੱਟਾ ਨਿਕਲ ਸਕਦਾ ਉਸ ਮੀਟਿੰਗ ਦੇ ਵਿੱਚ ਬਿਲਕੁਲ ਸਟਾਨੀ ਸਰਕਾਰਾਂ ਨੇ ਕੋਈ ਨਹੀਂ ਕਰਨਾ ਜੀ ਮਤਲਬ ਕਿ ਸਿੱਟਾ ਕੋਈ ਨਹੀਂ ਨਿਕਲ ਸਕਦਾ ਜੀ ਜੀ ਹਾਂ ਜੀ ਜੇ ਸਿੱਟਾ ਨਹੀਂ ਨਿਕਲਦਾ ਤੁਹਾਡੇ ਆਗੂ ਫਿਰ ਦੁਬਾਰਾ ਦੁਬਾਰਾ ਮੀਟਿੰਗਾਂ ਦੇ ਵਿੱਚ ਕਿਉਂ ਜਾਂਦੇ ਨੇ ਦੇਖੋ ਸਾਡਾ ਹੱਕ ਹੈ ਸਾਨੂੰ ਕੱਲ ਨੂੰ ਮਤਲਬ ਕਿ ਉਹ ਤੇ ਦੁਬਾਰਾ ਦਰ ਮੀਟਿੰਗ ਇਸ ਕਰਕੇ ਲਾ ਰਿਆ ਵੀ ਇਹਨਾਂ ਨੂੰ ਮਤਲਬ ਕਿਸੇ ਗੱਲੋਂ ਉਲਝਾਇਆ ਜਾਵੇ ਇਹ ਮੀਟਿੰਗਾਂ ਦੇ ਵਿੱਚ ਨਾ ਆਉਣ ਪਰ ਸਾਡੇ ਜਿਹੜੇ ਆਗੂ ਬਹੁਤ ਸਿਆਣੇ ਆ ਸੁਲਝੇ ਹੋਏ ਆ ਉਹਨਾਂ ਨੂੰ ਪਤਾ ਸਾਨੂੰ ਮੀਟਿੰਗਾਂ ਦੇ ਵਿੱਚ ਸਾਨੂੰ ਅਸੀਂ ਜਾਵਾਂਗੇ ਮੀਟਿੰਗ ਵਿੱਚ ਸਾਨੂੰ ਕੋਈ ਮਿਲੇ ਚਾ ਨਾ ਮਿਲੇ ਮੀਟਿੰਗਾਂ ਨਹੀਂ ਛੱਡਣੀ ਮੀਟਿੰਗਾਂ ਜਾਵਾਂਗੇ ਤੇ ਬੀਜੇਪੀ ਆਗੂ ਦਾ ਕਹਿਣਾ ਹੈ ਕਿ ਕਿਸਾਨ ਤੇ ਖੇਤਾਂ ਦੇ ਵਿੱਚ ਕੰਮ ਕਰ ਰਿਆ ਇਹ ਜੋ ਲੋਕ ਬੈਠੇ ਹੋਏ ਨੇ ਇਹ ਸਰਕਾਰ ਦੇ ਵਿਚੋਲੀਏ ਨੇ ਖਾਲਸਤਾਨੀ ਲੋਕ ਨੇ ਕਿਵੇਂ ਵਿਖਦੇ ਹੋ ਤੁਸੀਂ ਇਹ ਬਿਲਕੁਲ ਗਲਤ ਗੱਲ ਆ ਕਿਸਾਨ ਹੀ ਕਿਸਾਨਾਂ ਕੋਲ ਟਰੈਕਟਰ ਆ ਵਿਚੋਲੀਏ ਕੋਲ ਟਰੈਕਟਰ ਕਿੱਥੋਂ ਆ ਇਹ ਸਾਰੇ ਕਿਸਾਨ ਬੈਠੇ ਉੱਤੇ ਇਹ ਤਾਂ ਸਿਰਫ ਇੱਕ ਮੁੱਦਾ ਨਾ ਬਣਾ ਲਿਆ ਵੀ ਕਿਸਾਨ ਨਹੀਂ ਹੋਰ ਇਹਨਾਂ ਨੂੰ ਕੌਣ ਇੱਕ ਮਿੰਟ ਕਿਸਾਨ ਤੋਂ ਕਹਿੰਦੇ ਵੀ ਕਿਸਾਨ ਜੇ ਆਪਾਂ ਇਸ ਜੀ ਨੂੰ ਲੈ ਕੇ ਵੇਖੀਏ ਮੀਟਿੰਗਾਂ ਤੇ ਕਿਸਾਨਾਂ ਨਾਲ ਹੋਣ ਡੀਆਂ ਨਾ ਵੀ ਕਿਸਾਨ ਆਗੂ ਆ ਜਾਣ ਤੇ ਫਿਰ ਇਹ ਮੰਨ ਲਓ ਕਿ ਇਹਨਾਂ ਦੀ ਦੋਗਲੀ ਨੀਤੀ ਆ ਭਾਜਪੀ ਆਗੂ ਹਰਜੀਤ ਗਰੇਵਾਲ ਨੇ ਪਿਛਲੇ ਦਿਨੀ ਬਿਆਨ ਦਿੱਤਾ ਸੀ ਕਹਿੰਦਾ ਕਿ ਜਿੰਨੇ ਵੀ ਇਹ ਕਿਸਾਨ ਆਗੂ ਨੇ ਵੱਡੇ ਵੱਡੇ ਰੈਸਟੋਰੈਂਟ ਦੇ ਵਿੱਚ ਹੋਟਲਾਂਾਂ ਦੇ ਵਿੱਚ ਰਹੇ ਨੇ ਪਰ ਆਮ ਬੰਦੇ ਜਿਹੜੇ ਉਹ ਤੰਬੂਆਂ ਦੇ ਵਿੱਚ ਬੈਠੇ ਨੇ ਅਸੀਂ ਤੈਨਾਂ ਨੂੰ ਹਰਜੀਤ ਗਰੇਵਾਲ ਨੂੰ ਵੀ ਇੱਕ ਦਿਨ ਆਣ ਕੇ ਵੇਖੇ ਸਾਰੇ ਕਿਸਾਨਾਂ ਨਾਲ ਇੱਕ ਰਾਤ ਕੱਟੇ ਤੁਸੀਂ ਛਟਕਾ ਤੇ ਆਣ ਕੇ ਉਹਨੂੰ ਪਤਾ ਲੱਗੇ ਵੀ ਹੋਟਲਾਂਾਂ 'ਚ ਰਹਿਣ ਦੇ ਕਿ ਸੜਕਾਂ ਤੇ ਰਹਿਣ ਦੇ ਇੱਕ ਰਾਤ ਹੀ ਸੌ ਕੇ ਵੇਖੇ ਉੱਥੇ ਆਣ ਕੇ ਗੱਲਾਂ ਕਰਨੀਆਂ ਬੜ ਪਰ ਉੱਥੇ ਜਿਹੜਾ ਮਤਲਬ ਕਿ ਆਣ ਕੇ ਰਾਤ ਰਵੇ ਦੋ ਚਾਰ ਤਾਂ ਆਪਣੇ ਪਰਿਵਾਰ ਨੂੰ ਨਾਲ ਲੈ ਆ ਕੇ ਜਿੱਤਨਾ ਸਾਡੇ ਕਿਸਾਨ ਭਰਾ ਉੱਥੇ ਬਿਠੇ ਨੇ ਸਾਰੇ ਸਾਰੇ ਪਰਿਵਾਰ ਲੈ ਕੇ ਬਿਠੇ ਆ ਉਹ ਵੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਇੱਕਦਾਂ ਇਕੱਲਾ ਹੀ ਰਾਤ ਕੱਟ ਲੱਕੇ ਵੇਖ ਲਵੇ ਕਿ ਕਿੱਦਾਂ ਇਹ ਮਤਲਬ ਕਿ ਰੈਸਟੋਰੈਂਟ ਹੈ ਕਿ ਸੜਕ ਤੇ ਸੌਣ ਦਾ ਹੈ ਆਪਾਂ ਕੁਝ ਹੋਰ ਵੀ ਕਿਸਾਨ ਨੇ ਗੱਲਬਾਤ ਕਰਾਂਗੇ ਅੱਜ ਤੁਹਾਡੇ ਵੱਲੋਂ ਇੱਕ ਨਵਲਿਕਾ ਅਪਰਾਲਾ ਕੀਤਾ ਗਿਆ ਹੈ ਗਾਜਰ ਦਾ ਹਲਵਾ ਜਾਂ ਗੁਜਰੇਲਾ ਹੁੰਦਾ ਉਹ ਤਿਆਰ ਕਰਕੇ ਦਿੱਲੀ ਨੂੰ ਖੜਨ ਦਾ ਜਿਹੜਾ ਉਹ ਤਿਆਰੀ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਮੈਂ ਕਿੱਦਾਂ ਕਹਿ ਦੇਵਾਂ ਮੇਰਾ ਦੇਸ਼ ਆਜ਼ਾਦੀ ਮਾਣੇ ਜੀ ਇਸ ਦੇਸ਼ ਨੂੰ ਮਾਵਾਂ ਦੇ ਜਿਗਰ ਦੇ ਟੋਟਿਆਂ ਨੇ ਭਗਤ ਸਿੰਘ ਸ਼ਰਾਬੀ ਵਰਗਿਆਂ ਨੇ ਕਰਤਾਰ ਸਿੰਘ ਸਰਾਭੇ ਵਰਗਿਆਂ ਨੇ ਭਗਤ ਸਿੰਘ ਨੇ 22 24 24 ਸਾਲ ਦੀ ਅਮਰ ਦੇ ਵਿੱਚ ਆਪਣੀ ਜੀਵਨ ਦੀਆਂ ਆਹੂਤੀਆਂ ਦੇ ਕੇ ਤੇ ਇਹਨੂੰ ਗੁਲਾਮੀ ਦੀਆਂ ਗੀਗੀਆਂ ਨੂੰ ਤੋੜਿਆ ਜੀ ਇਹ ਜਿਹੜੇ ਕਾਲੀਆਂ ਨੀਤਾਂ ਵਾਲੇ ਜਿਹੜੇ ਆਗੂ ਨੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਜਿਹੜੇ ਸਾਡੇ ਸੰਵਿਧਾਨਕ ਢਾਂਗ ਦੇ ਨਾਲ ਬਣ ਕੇ ਉੱਤੇ ਗਏ ਨੇ ਜੀ ਤੇ ਉਹ ਜਿਹੜੇ ਗਏ ਨੇ ਉਹ ਤੁਸੀਂ ਹਿਸਾਬ ਲਾ ਲਓ ਵੀ ਸਾਡੀਆਂ ਵੋਟਾਂ ਤੇ ਸਾਡੇ ਨਾਲ ਯਵਰ ਕਰਨਦੇ ਆ ਸਾਡੇ ਤੇ ਹੀ ਉਹਨਾਂ ਸਕੰਜਾ ਕਸਿਆ ਵੀ ਸਾਨੂੰ ਜਿਹੜੇ ਉਹ ਜਲਾਲਤ ਦੀ ਹਾਲਤ ਦੇ ਵਿੱਚ ਸੁੱਟਿਆ ਹੋਇਆ ਹੈ ਹੁਣ ਇਹ ਜਿਹੜੀ ਇਹਨੇ ਖਿੜੇ ਫੁੱਲ ਵਰਗੀਆਂ ਜਵਾਨੀਆਂ ਜਿਹੜੀਆਂ ਉਹਨਾਂ ਨੇ ਆਪਣੀਆਂ ਮਾਪੇ ਮਾਤਾ ਪਿਤਾ ਦੀ ਸੇਵਾ ਨਹੀਂ ਕੀਤੀ ਪਰ ਸਰਕਾਰਾਂ ਬਣਾਈਆਂ ਸਰਕਾਰਾਂ ਬਣਾਈਆਂ ਵੀ ਤਾਂ ਅਸੀਂ ਲੋਕਾਂ ਨੇ ਨਾ ਸਾਡੀ ਹੱਥਾਂ ਤੋਂ ਹੀ ਬਣ ਕੇ ਗਈਆਂ ਇਹ ਸਰਕਾਰ ਕੋਈ ਧੋਖਾ ਕਰ ਜਾਏ ਉਹਨਾਂ ਨੇ ਧੋਖਾ ਕੀਤਾ ਸਾਡੇ ਨਾਲ ਵੋਟਾਂ ਲੈ ਕੇ ਸਾਡੇ ਹੱਕ ਲੈ ਕੇ ਧੋਖਾ ਕੀਤਾ ਹੈ ਅਹਾਂ ਮਤਦਾਨ ਦਿੱਤੀ ਹੈ ਇਹ ਬੋਰ ਨੂੰ ਕਹਿੰਦੇ ਮਤਦਾਨ ਜਦੋਂ ਮੈਂ ਅਹੀਂ ਆਪਣੀ ਸਾਰੀ ਮਤ ਦੇ ਇੱਕ ਨੂੰ ਦੇ ਦਿੱਤੀ ਆ ਕਿ ਤੁਸੀਂ ਸਾਡੇ ਤੇ ਰਾਜ ਕਰਨਾ ਉਹਨਾਂ ਦਾ ਫਰਜ ਬਣਦਾ ਹੀ ਜਿਤਨਾ ਦੇਵ ਗੋੜੇ ਨੇ ਕੀਤਾ ਇੰਦਰ ਕੁਮਾਰ ਗਜਰਾਲ ਨੇ ਕੀਤਾ ਮਨਮੋਹਨ ਸਿੰਘ ਨੇ ਦੇਸ਼ ਨੂੰ ਉੱਚਾ ਚੁੱਕਿਆ ਉਹਨਾਂ ਦਾ ਸਾਰੇ ਦੇਸ਼ਾਂ 'ਚ ਵਰਲਡ 'ਚ ਨਾ ਯੂਨੈਸਕੋ ਨਾ ਆ ਇਹ ਇਹ ਜਿਹੜਾ ਰਾਵਣ ਦਾ ਪੁਤਲਾ ਸਾੜਦੇ ਆ ਸਾਲ ਬਾਅਦ ਸਾੜਦੇ ਆ ਪਰ ਅਜੇ ਰਾਵਣ ਨੇ ਇੰਨਾ ਗੁਨਾਹ ਨਹੀਂ ਕੀਤਾ ਉਹਨੇ ਆਪਣਾ ਬਦਲਾ ਹੀ ਲਿਆ ਪਰ ਇਹ ਜਿਹੜੇ ਪ੍ਰਧਾਨ ਮੰਤਰੀ ਜਿਹੜੇ ਹੁਣ ਜਿੰਨਾ ਜਿਹੜਾ ਇਹ ਜਿਹੜਾ ਰੋਜ਼ ਪੁਤਲੇ ਸਾੜੇ ਜਾ ਰਿਹਾ ਇਹ ਦੁਨੀਆ ਤੋਂ ਕੀ ਲਾਂਤਾਂ ਲੈ ਕੇ ਜਾਊਗਾ ਇਹ ਕੀ ਲੋਕਾਂ ਨੂੰ ਦੱਸੂਗਾ ਇਹ ਕੀ ਇਹਦੀ ਜ਼ਮੀਰ ਆ ਮੈਨੂੰ ਤਾਂ ਯਾਦ ਆ ਕਿ ਇਹ ਜਿਹੜਾ ਮਨ ਜਿਹੜਾ ਇਹਦਾ ਮੂਰਖ ਰਾਜੋਂ ਕਾਜ ਨਾ ਸਰਿਆ ਨਾ ਸਿਆਣੇ ਭਿਖਿਆ ਭਲੀ ਭਾਈ ਗਰਦਾਸ ਜੀ ਕਹਿੰਦੇ ਵੀ ਸਿਆਣੇ ਦੇ ਨਾਲ ਭਿਖਿਆ ਮੰਗ ਕੇ ਵੀ ਖਾ ਲੈਣੀ ਚਾਹੀਦੀ ਰਾਜ ਤੇ ਨਹੀਂ ਬੈਣਾ ਚਾਹੀਦਾ ਤੇ ਮੂਰਖ ਰਾਜੋਂ ਕਾਜ ਨਾ ਸਰਿਆ ਜਿਹੜਾ ਮੂਰਖ ਦਾ ਰਾਜ ਆ ਇਹ ਮੂਰਖ ਦਾ ਰਾਜ ਘਰ ਦੇ ਵਿੱਚ ਹੋਵੇ ਉਹ ਤਾਂ ਵੀ ਘਰ ਦਾ ਘਰ ਦੀ ਤਰੱਕੀ ਨਹੀਂ ਕਰ ਸਕਦਾ ਪਿੰਡ ਦਾ ਰਾਜ ਹੋਵੇ ਪਿੰਡ ਦੀ ਤਰੱਕੀ ਨਹੀਂ ਕਰ ਸਕਦਾ ਦੇਸ਼ ਦਾ ਰਾਜ ਹੋਵੇ ਦੇਸ਼ ਦਾ ਕੁਝ ਨਹੀਂ ਸਵਾ ਸਕਦਾ ਪੰਜਾਬ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਮੈਂ ਕਿਸਾਨਾਂ ਦੇ ਹਿੱਤ ਦੇ ਵਿੱਚ ਆਂ ਕਿਸਾਨਾਂ ਦੇ ਹੱਕ ਲਈ ਮੈਂ ਖਲੋਤਾ ਆ ਪਰ ਦੂਜੇ ਪਾਸੇ ਜੋ ਕਿਸਾਨ ਸੰਘਰਸ਼ ਕਰ ਰਹੇ ਨੇ ਜੀ ਉਹਦੇ ਟਾਵਰਾਂ ਦੇ ਕਨੈਕਸ਼ਨ ਕੱਟ ਰਹੇ ਨੇ ਉਹਨਾਂ ਦੇ ਉੱਤੇ ਪਰਚੇ ਘਟਾ ਰਹੇ ਨੇ ਕਿਵੇਂ ਵੇਖਦੇ ਹੋ ਤੁਸੀਂ ਇਹ ਜੀ ਵੇਖੋ ਜੀ ਅਸੀਂ ਸਮਝਦੇ ਆ ਚਲੋ ਉਹਨਾਂ ਦਾ ਕੰਟਰੋਲ ਹੈ ਪੰਜਾਬ ਦੇ ਉੱਤੇ ਮੁੱਖ ਮੰਤਰੀ ਆ ਪਰ ਉਹ ਆਪਣੀ ਸਮਝ ਦੇ ਨਾਲ ਆ ਪਰ ਇਹ ਉਹਨਾਂ ਨੂੰ ਚਾਹੀਦਾ ਸੀ ਕਿ ਪਹਿਲੇ ਦਿਨ ਤੋਂ ਜੇ ਕਿਸਾਨਾਂ ਦੇ ਹੱਕ 'ਚ ਨੇ ਕਾਂਗਰਸ ਵੀ ਕਾਲੀ ਵੀ ਉਦੋਂ ਹੀ ਅਸਤੀਫਾ ਦੇ ਕੇ ਸੁੱਟ ਦਿੰਦੇ ਭੀ ਆਓ ਅਸੀਂ ਤੁਹਾਡੇ ਨਾਲ ਆ ਅੱਗੇ ਲਾ ਕੇ ਤੁਰਦੇ ਕਿਸਾਨੀ ਹਰਸ ਉਹ ਵੀ ਇਹਨਾਂ ਨੂੰ ਸਤਿਕਾਰ ਦਿੰਦੇ ਕਿ ਆਓ ਸਾਡੀਆਂ ਸਟੇਜਾਂ ਤੇ ਬੋਲੋ ਪਰ ਉਹਨਾਂ ਕੁਰਬਾਨੀ ਇਹ ਕਰ ਨਹੀਂ ਸਕੇ ਕੋਈ ਪਾਰਟੀ ਵੀ ਨਹੀਂ ਕਰ ਸਕੀ ਤੇ ਤਾਂ ਕਰਕੇ ਇਹ ਪਿਛੇ ਨੇ ਹੁਣ ਚਲੋ ਆਪਣਾ ਆਪਣਾ ਉਹ ਆਪਣੇ ਤਰੀਕੇ ਨਾਲ ਆਪਣੀ ਮਤ ਵਰਤੀ ਜਾਂਦੇ ਨੇ ਪਰ ਉਹ ਇੰਨੀ ਕੁਰਬਾਨੀ ਨਹੀਂ ਕਰ ਸਕਦੇ ਜਾਂ ਅਸਤੀਫਾ ਦੇ ਦਿੰਦੇ ਤੇ ਫਿਰ ਠੀਕ ਹੀ ਲੋਕਾਂ ਨੂੰ ਕਿਸਾਨਾਂ ਨੂੰ ਅੰਦਰ ਵਿਸ਼ਵਾਸ ਹੁੰਦਾ ਭੀ ਇਹ ਸਾਡੇ ਵਾਸਤੇ ਇੰਨਾ ਕੁਰਬਾਨੀ ਕੀਤੀ ਆ ਸਾਡੀਆਂ ਵੋਟਾਂ ਲਈਆਂ ਦੇ ਵਾਸਤੇ ਹੀ ਹੱਥ 'ਚ ਖੜੇ ਨੇ ਪਰ ਹੁਣ ਉਹ ਇਹ ਕੰਮ ਕਰ ਨਹੀਂ ਸਕੇ ਤੇ ਉਹ ਹੁਣ ਕਿਸਾਨ ਵੀ ਉਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਕਿਸਾਨ ਉਹਨਾਂ ਨੂੰ ਸਟੇਜਾਂ ਤੇ ਆਉਣ ਨਹੀਂ ਦਿੰਦੇ ਪਿਛਲੇ ਦਿਨੀ ਹਰ ਵਾਰ ਜਦੋਂ 400 ਸਾਲਾ ਬਣਾਇਆ ਜਾਂਦਾ ਸੀ 500 ਸਾਲਾ ਬਣਾਇਆ ਜਾਂਦਾ ਸੀਗਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਖਰਾ ਸੱਦਾ ਦਿੱਤਾ ਜਾਂਦਾ ਸੀ ਇਸ ਵਾਰੀ ਬੀਬੀ ਜਗੀਕੌਰ ਨੇ ਮਨਾਂ ਕਰ ਦਿੱਤਾ ਕਿ ਅਸੀਂ ਕੋਈ ਵੱਖਰਾ ਸੱਦਾ ਨਹੀਂ ਦੇਵਾਂਗੇ ਕੀ ਮੰਨਦੇ ਹੋ ਕਿ ਉਹਨਾਂ ਦਾ ਫੈਸਲਾ ਕਿਵੇਂ ਹੈ ਬਿਲਕੁਲ ਠੀਕ ਹੈ ਵੱਖਰੇ ਹਸਤੇ ਦਾ ਨਹੀਂ ਜਿਹੜਾ ਸਤਕਾਰ ਦੇ ਹੱਕ ਜੀ ਨਹੀਂਗਾ ਸਤਕਾਰਯੋਗ ਨਹੀਂ ਜਿਹਨਾਂ ਜਿਹਨੂੰ ਸਤਕਾਰ ਕਰਨ ਦੀ ਉਹ ਮਾਤ ਹੀ ਨਹੀਂ ਹੈਗੀ ਵੀ ਸਤਕਾਰ ਕਰਾਉਣ ਦੀ ਉਹ ਉਹਨੂੰ ਬਿਲਕੁਲ ਇਹ ਠੀਕ ਹੈ ਨਹੀਂ ਚਾਹੀਦਾ ਉਹਨੂੰ ਨਵੇਂ ਇਕਲਾ ਸੱਦਾ ਜਿਹੜਾ ਜੀ ਜੀ اگر سرکار نہیں چکدی تا ਤੁਹਾਡੇ ਵੱਲੋਂ ਸੰਘਰਸ਼ ਕਿਸ ਤਰ੍ਹਾਂ ਤੇਜੀਆਂ ਕੀਤੀ ਜਾਂਦੀ। ਵੇਖੋ ਜੀ ਗਰਜਾ ਸਿੰਘ ਤੇ ਬੋਤਾ ਸਿੰਘ ਦੋਹ ਨੇ ਰਾਜ ਦਿਖਾਤਾ ਵੀ ਸਿੱਖਾਂ ਨੂੰ ਵੀ ਅਸੀਂ ਰਾਜ ਅਜੇ ਹੈਗਾ ਸਿੱਖਾਂ ਦਾ ਰਾਜ ਆਂਦੇ ਹੀ ਨਾਦਰ ਸ਼ਾਹ ਦਾ ਖਤਮ ਹੋ ਗਿਆ। ਪਰ ਉਹਨਾਂ ਦੋਹ ਸਿੱਖਾਂ ਨੇ ਹਜ਼ਾਰਾਂ ਦੀ ਫੌਜ ਦਾ ਟੱਕਰਾ ਕਰਕੇ ਉਹਨਾਂ ਨੇ ਵਸੂਲ ਕੀਤਾ ਵੀ ਇਹ ਉਹ ਇਹੋ ਦਿਖਾਇਆ ਵਸੂਲ ਉਹਨਾਂ ਉਤਰਾ ਨਹੀਂ ਕੀਤਾ ਵੀ ਇਹ ਦਿਖਾਇਆ ਵੀ ਸਿੱਖਾਂ ਦਾ ਰਾਜ ਹੈ ਸਿੱਖ ਖਤਮ ਨਹੀਂ ਹੋਏ। ਪਰ ਇਹ ਗੁਰੂ ਦਸਵੇਂ ਪਾਤਸ਼ਾਹ ਦੀ ਕੌਮ ਆ, ਇਹ ਕੁਰਬਾਨੀਆਂ ਵਾਲੀ ਕੌਮ ਆ। ਜਦੋਂ ਵੀ ਇਹਨਾਂ ਨੂੰ ਕੁਰਬਾਨੀ ਦੇਣੀ ਪਵੇ ਉਦੋਂ ਹੀ ਤੇ ਇਹ ਆਪਣੇ ਹੱਕਾਂ ਲਈ ਤਿਆਰ ਹੈ ਹੱਕਾਂ ਲਈ ਕੁਰਬਾਨੀ ਦੇਣੀ ਵੀ ਚਾਹੀਦੀ ਆ ਸਾਡਾ ਫਰਜ਼ ਬਣਦਾ ਜਿਹੜੀ ਦਿੱਲੀ ਲਈ ਸਿੱਖ ਕੁਰਬਾਨੀਆਂ ਦਿੰਦੇ ਨੇ ਅੱਜ ਉਹੀ ਦਿੱਲੀ ਜਿਹੜੀ ਆ ਸਿੱਖਾਂ ਦੇ ਨਾਲ ਤਸ਼ੱਦਦ ਕਰ ਰਹੀ ਆ ਤੱਕੇਸ਼ਾਈ ਕਰ ਰਹੀ ਆ ਕਿਵੇਂ ਦੇਖਦੇ ਹੋ ਤੁਸੀਂ ਕੋਈ ਮਾੜੀ ਮੱਤ ਵਾਲਾ ਕੋਈ ਜਿਹਨੂੰ ਕੁਰਸੀ ਤੇ ਬਹਿ ਜਾਂਦਾ ਤੇ ਉਹ ਮੁੜ ਕੇ ਹੁਣਾ ਜਿਤਨਾ ਧੋਖਾ ਕਰਦਾ ਏ ਧੋਖੇ ਦੇ ਵਿੱਚ ਕਈ ਆ ਜਾਂਦੇ ਨੇ ਲੋਕ ਜਿਹਨੂੰ ਦੁਬਾਰਾ ਧੋਖਾ ਨਹੀਂ ਫਿਰੇ ਹੁਣ ਲੋਕੀ ਦੁਬਾਰੇ ਧੋਖੇ ਜ ਨਹੀਂ ਆਉਣਗੇ ਇੰਨਾ ਦੇ ਸਕੰਜੇ ਜ ਨਹੀਂ ਆਉਣਗੇ ਹੁਣ ਸਮਝਣਗੇ ਲੋਕ ਵੀ ਇਹ ਜਿਹੜੇ ਸਾਨੂੰ ਇਹ ਸੋਚ ਸਮਝ ਕੇ ਵੋਟ ਪਾਉਣੀ ਚਾਹੀਦੀ ਤੁਹਾਨੂੰ ਆ ਇਹ ਸਨ ਕਿਸਾਨਾਂ ਆਗੂ ਜਿਨ੍ਹਾਂ ਦੇ ਵੱਲੋਂ ਅੱਜ ਦਿਹਾਤੀ ਏਰੀਆ ਦੇ ਵਿੱਚੋਂ ਗਜ਼ਰੇਲਾ ਜਿਹਨੂੰ ਹਲਵਾ ਕਿਹਾ ਜਾਂ ਜਿਨ੍ਹਾਂ ਦੇ ਆ ਕਹਿਣਾ ਹੈ ਕਿ 26 ਤਰੀਕ ਨੂੰ ਜਿਹੜਾ ਆ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਜਾਵੇਗਾ ਕੈਮਰਾਮੈਨ ਪ੍ਰਦੀਪ ਕੁਮਾਰ ਦੇ ਨਾਲ ਜਗਤਾਰ ਸਿੰਘ ਮਾਲਾ ਸਕਾਈ ਨਿਊਜ਼ ਪੰਜਾਬ ਹਰਿਆਣਾ ਹਿਮਾਚਲ ਅੰਮ੍ਰਿਤਸਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ